ਹਾਂਜੀ ਸਟੂਡੈਂਟਸ, ਵੈਲਕਮ ਕਰਦੇ ਹਾਂ ਤੁਹਾਡਾ ਤੂ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਲਾਜ਼ਮੀ ਦੀ ਜਿਹੜੀ ਕਹਾਣੀ ਹੈਗੀ ਆ ਚੱਟੂ ਚੱਟੂ ਕਹਾਣੀ ਜਿਹੜੀ ਇਹਦਾ ਸਾਰ ਕਰਾਂਗੇ ਅਤੇ ਇਹਦਾ ਵਿਸ਼ਾ ਵਸਤੂ। ਸਾਰ ਅਤੇ ਵਿਸ਼ਾ ਵਸਤੂ ਇੱਕ ਹੀ ਆ ਅਤੇ ਫਿਰ ਇਹਦੇ ਆਪਾਂ ਸ਼ੋਰਟ ਕੁਸ਼ਚਨ ਅਤੇ ਪਾਤਰ ਕਰਾਂਗੇ। ਚੱਟੂ ਕਹਾਣੀ ਹੈਗੀ ਹੈ ਸੁਖਵੰਤ ਕੌਰ ਮਾਨ ਦੀ ਅਤੇ ਇਸ ਕਹਾਣੀ ਦਾ ਵਿਸ਼ਾ ਹੈਗਾ 1947 ਦੀ ਭਾਰਤ ਵੰਡ। ਭਾਰਤ ਵੰਡ ਦੇ ਸਿੱਟੇ ਵਜੋਂ ਉਜੜੇ ਪਰਿਵਾਰਾਂ ਦੇ ਦੁੱਖਾਂ ਤਕਲੀਫਾਂ ਅਤੇ ਢਹਿ ਕੇ ਉਸਾਰਾਂ ਦੀ ਗਾਥਾ, ਮਤਲਬ ਕਿ ਭਾਰਤ ਪਾਕਿਸਤਾਨ ਦੀ ਜਦੋਂ ਵੰਡ ਹੋਈ ਤਾਂ ਜਿਹੜੇ ਉਜੜੇ ਹੋਏ ਪਰਿਵਾਰ ਸੀ ਉਹਨਾਂ ਦੇ ਕੀ ਦੁੱਖ ਅਤੇ ਤਕਲੀਫਾਂ ਸੀ ਅਤੇ ਉਹਨਾਂ ਨੇ ਕਿਵੇਂ ਫਿਰ ਜਿਹੜੇ ਕਿ ਆਪਣਾ ਬਸੇਰਾ ਬਣਾਇਆ, ਉਹਨਾਂ ਬਾਰੇ ਜਿਹੜੀ ਕਿ ਸਟੋਰੀ ਹੈ ਇਹ। ਹਾਂਜੀ, ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਕੁੜੀ ਦੀ ਮਾਂ, ਛੋਟਾ ਭਰਾ ਅਤੇ ਭੈਣ, ਤਾਇਆ ਤਾਈ, ਚਾਚਾ ਚਾਚੀ, ਉਹਨਾਂ ਦੇ ਬੱਚੇ, ਦਾਦਾ ਦਾਦੀ, ਸਾਰੇ ਜਣੇ ਪਾਕਿਸਤਾਨ ਬਣਨ ਸਮੇਂ ਉੱਧਰੋਂ ਭਾਰਤ ਜਾਣ ਲਈ ਪਿੰਡ ਤੋਂ ਟਰੱਕ ਦੇ ਵਿੱਚ ਚੜ੍ਹ ਕੇ ਨਨਕਾਣਾ ਸਾਹਿਬ ਰੇਲਵੇ ਲਾਈਨ ਤੋਂ ਪਾਰ ਖਾਲਸਾ ਸਕੂਲ ਵਿਖੇ ਲੱਗੇ ਕੈਂਪ ਦੇ ਵਿੱਚ ਪਹੁੰਚੇ। ਮਤਲਬ ਕਿ ਜਦੋਂ ਪਾਕਿਸਤਾਨ ਬਣ ਗਿਆ ਤਾਂ ਉੱਧਰੋਂ ਭਾਰਤ ਆ ਰਹੇ ਸੀ, ਉਹ ਟਰੱਕ ਦੇ ਵਿੱਚ ਚੜ੍ਹ ਗਏ ਜਿਹੜਾ ਨਨਕਾਣਾ ਸਾਹਿਬ ਤੋਂ, ਜਿਹੜਾ ਰੇਲਵੇ ਲਾਈਨ ਤੋਂ ਪਾਰ ਖਾਲਸਾ ਸਕੂਲ ਦੇ ਵਿੱਚ ਕੈਂਪ ਦੇ ਵਿੱਚ ਸੀ, ਤਾਂ ਜਿੱਥੋਂ ਫਿਰ ਪੂਰਬੀ ਪੰਜਾਬ ਤੋਂ ਆ ਰਹੇ ਮੁਸਲਮਾਨਾਂ ਭਰੀਆਂ ਗੱਡੀਆਂ ਦੇਖਦੇ ਨੇ ਅਤੇ ਨਾਲ ਦੀ ਹੀ ਚੱਲਦੀਆਂ ਗੋਲੀਆਂ ਵੀ ਦੇਖਦੇ ਨੇ। ਪੂਰਬੀ ਪੰਜਾਬ ਭਾਵ ਕਿ ਭਾਰਤੀ ਪੰਜਾਬ, ਠੀਕ ਹੈ। ਕੁੜੀ ਦਾ ਬਾਪੂ ਅਤੇ ਵੱਡਾ ਭਰਾ ਗੱਡਿਆਂ ਦੇ ਕਾਫਲਿਆਂ ਨਾਲ ਆ ਰਹੇ ਸਨ ਤੋਂ ਅੰਮ੍ਰਿਤਸਰ ਦੇ ਨੇੜੇ ਕਿਸੇ ਪਿੰਡ ਦੇ ਵਿੱਚ ਆ ਕੇ ਟਿਕੇ, ਆ ਕੇ ਰੁਕੇ। ਅੱਜ ਉਹਨਾਂ ਨੇ ਇੱਥੋਂ ਲੁਧਿਆਣੇ ਜਾਣ ਲਈ ਗੱਡੀ ਫੜਨੀ ਸੀ। ਪਿੰਡੋਂ ਤੁਰਨ ਸਮੇਂ ਕਿਸੇ ਨੇ ਉਹਨਾਂ ਨੂੰ ਖਬਰ ਦਿੱਤੀ ਕਿ ਕੁੜੀ ਦਾ ਮਾਮਾ ਲਾਹੌਰ ਸਟੇਸ਼ਨ 'ਤੇ ਆਪਣੀ ਤਿਹਾਈ ਮਾਂ, ਮਤਲਬ ਕਿ ਪਿਆਸੀ ਮਾਂ ਲਈ ਪਾਣੀ ਲੈਣ ਲਈ ਉਤਰਿਆ, ਕਿ ਕੁੜੀ ਦਾ ਮਾਮਾ ਲਾਹੌਰ ਸਟੇਸ਼ਨ 'ਤੇ ਆਪਣੀ ਤਿਹਾਈ ਮਾਂ ਲਈ ਪਾਣੀ ਲੈਣ ਲਈ ਉਤਰਿਆ ਪਰ ਮੁੜ ਕੇ ਨਾ ਆਇਆ। ਅਤੇ ਇਹ ਸੁਣ ਕੇ ਕੁੜੀ ਦੀ ਮਾਂ ਹੌਕੇ ਮਾਰ ਕੇ ਰੋਣ ਲੱਗ ਪਈ, ਠੀਕ ਹੈ। ਚਾਚੀ ਅਤੇ ਤਾਈ ਨੇ ਉਸ ਨੂੰ ਹੌਸਲਾ ਰੱਖਣ ਲਈ ਕਿਹਾ ਅਤੇ ਸਮਾਨ ਵੰਡਣ ਦੇ ਵਿੱਚ ਰੁੱਝ ਗਈਆਂ। ਫਿਰ ਦੁਬਾਰਾ ਉਹਨਾਂ ਦਿਨਾਂ ਦੇ ਵਿੱਚ ਕੋਈ ਕਿਸੇ ਕੋਲ ਅਫਸੋਸ ਕਰਨ ਦਾ ਟਾਈਮ ਵੀ ਨਹੀਂ ਸੀ, ਮਤਲਬ ਕਿ ਇੰਨੇ ਦੰਗੇ ਫਸਾਦ ਹੋ ਰਹੇ ਸੀ। ਜਿਸਦਾ ਕੋਈ ਮਰ ਜਾਂਦਾ ਉਹ ਰੋ ਧੋ ਕੇ ਆਪੇ ਹੀ ਚੁੱਪ ਕਰ ਜਾਂਦਾ। ਅਤੇ ਕੁੜੀ ਦੀ ਮਾਂ ਨੇ ਅੱਥਰੂ ਪੂੰਝੇ ਅਤੇ ਭਾਂਡਿਆਂ ਦੀ ਬੋਰੀ ਸਿਰ 'ਤੇ ਰੱਖ ਕੇ ਮਗਰ ਮਗਰ ਤੁਰ ਪਈ। ਟਾਂਗੇ ਉੱਤੇ ਬੈਠ ਕੇ ਰਾਤ ਵੇਲੇ ਰੇਲਵੇ ਸਟੇਸ਼ਨ ਉੱਤੇ ਪਹੁੰਚੇ ਅੰਮ੍ਰਿਤਸਰ ਦੇ ਵਿੱਚ। ਅੰਮ੍ਰਿਤਸਰ ਸਟੇਸ਼ਨ 'ਤੇ ਪਹੁੰਚੇ, ਸਟੇਸ਼ਨ ਉੱਤੇ ਵਿਚਕਾਰ ਜੇ ਖੜ੍ਹੇ ਕੋਲੇ ਨਾਲ ਲੱਥ ਪੱਥ ਇੱਕ ਮਾਲ ਗੱਡੀ ਨੂੰ ਕੁੱਕਾ ਮਾਰਦੀ ਨੂੰ ਦੇਖ ਕੇ ਹਫੜਾ ਦਫੜੀ ਦੇ ਵਿੱਚ ਗੱਡੀ ਵੱਲ ਦੌੜ ਪਏ। ਦੌੜਦੀ ਕੁੜੀ ਜਿਸਦੇ ਸਿਰ ਉੱਤੇ ਚੱਟੂ ਸੀ, ਜਿਹੜਾ ਕਿ ਉਸਦੀ ਮਾਂ ਮਸਾਲਾ ਕੁੱਟਣ ਲਈ ਨਾਲ ਲਿਜਾਣਾ ਚਾਹੁੰਦੀ ਸੀ, ਮਤਲਬ ਕਿ ਚੱਟੂ ਜਿਹਦੇ ਵਿੱਚ ਮਸਾਲਾ ਕੁੱਟਿਆ ਜਾਂਦਾ ਸੀ, ਲਾਈਨ ਦੇ ਵਿੱਚ ਅੜ ਕੇ ਡਿੱਗ ਪਈ ਅਤੇ ਉੱਠ ਕੇ ਸੰਭਲੀ ਅਤੇ ਉਹਨੇ ਚੱਟੂ ਮੁੜ ਸਿਰ ਉੱਤੇ ਰੱਖ ਲਿਆ। ਇਹ ਚੱਟੂ ਉਹ ਉੱਠ ਕੇ ਸੰਭਲੀ ਅਤੇ ਉਹਨੇ ਚੱਟੂ ਮੁੜ ਸਿਰ ਉੱਤੇ ਰੱਖ ਲਿਆ। ਇਹ ਚੱਟੂ ਉਹਨੂੰ ਉਹਦੇ ਘਰ ਦੇ ਵਿੱਚੋਂ ਮਿਲਿਆ ਸੀ ਜਿੱਥੇ ਉਹਨਾਂ ਪਾਕਿਸਤਾਨ ਤੋਂ ਆ ਕੇ ਡੇਰਾ ਲਾਇਆ ਸੀ, ਮਤਲਬ ਕਿ ਜਿੱਥੇ ਉਹਨਾਂ ਨੇ ਪਾਕਿਸਤਾਨ ਤੋਂ ਆ ਕੇ ਡੇਰਾ ਲਾਇਆ ਸੀ ਉਹਨੇ ਘਰ ਦੇ ਵਿੱਚ ਉਹਨੂੰ ਚੱਟੂ ਮਿਲਿਆ ਸੀ। ਅਤੇ ਇਸ ਚੱਟੂ ਵਿੱਚ ਉਸਦੀ ਮਾਂ ਦੇ ਨਾਲ ਦੇ ਘਰੋਂ ਮੰਗ ਕੇ ਲਿਆਂਦੇ ਸੋਟੇ ਨਾਲ ਕੁੱਟੀਆਂ ਲੂਣ ਮਿਰਚਾਂ ਨੂੰ ਦਾਦੀ ਦੁਆਰਾ ਕਿਸੇ ਘਰੋਂ ਲਿਆਂਦੀ ਲੱਸੀ ਦੇ ਵਿੱਚ ਮਿਲਾ ਕੇ ਲਸਮ ਪਲਾਅ ਬਣਾਇਆ ਸੀ, ਤਾਂ ਸਭ ਨੇ ਉਹਦੇ ਨਾਲ ਸੁੱਕੀਆਂ ਤੰਦੂਰੀ ਰੋਟੀਆਂ ਖਾਧੀਆਂ। ਚਾਚੇ ਨੇ ਭੱਜ ਕੇ ਕੰਧਾੜੀ ਚੁੱਕੀ ਚਾਚੀ ਨੂੰ ਮਾਲ ਗੱਡੀ ਦੇ ਡੱਬੇ ਦੇ ਵਿੱਚ ਸੁੱਟਿਆ ਅਤੇ ਫਿਰ ਦਾਦੇ ਅਤੇ ਚੱਟੂ ਸਮੇਤ ਕੁੜੀ ਨੂੰ ਚੜ੍ਹਾਤਾ। ਤਾਈ ਅਤੇ ਮਾਂ ਸਮੇਤ ਸਾਰੇ ਜਣੇ ਗੱਡੀ ਦੇ ਵਿੱਚ ਚੜ੍ਹ ਗਏ। ਗੱਡੀ ਚੱਲਦੀ ਜਾ ਰਹੀ ਸੀ, ਰਸਤੇ ਦੇ ਵਿੱਚ ਦਿਨ ਦਾ ਚਾਨਣ ਹੋਣ ਕਾਰਨ ਪਿੰਡ ਅਤੇ ਕਸਬੇ ਉੱਜੜੇ ਹੋਏ ਦਿਖਾਈ ਦੇ ਰਹੇ ਸੀ। ਇੱਕ ਦੋ ਥਾਵਾਂ 'ਤੇ ਲਾਸ਼ਾਂ ਪਈਆਂ ਅਤੇ ਗਿਰਜਾਂ ਉਹਨਾਂ 'ਤੇ ਲਪਟ ਰਹੀਆਂ ਸੀ। ਕਿਸੇ ਵੇਲੇ ਕੋਈ ਮੁਸਲਮਾਨ ਪਨਾਹਗੀਰਾਂ ਦੀ ਭਰੀ ਪੰਧ
ਗੱਡੀ ਉਲਟੀ ਦਿਸ਼ਾ ਦੇ ਵੱਲੋਂ ਕੋਲੋਂ ਲੰਘਦੀ ਆਉਂਦੀ, ਜਿੱਥੇ 'ਤੇ ਮਾਲ ਗੱਡੀਆਂ ਦੇ ਮੁਸਾਫਰਾਂ ਵੱਲੋਂ ਇੱਕ ਦੂਜੇ ਵੱਲੋਂ ਇੱਕ ਦੋ ਫਾਇਰ ਕੀਤੇ ਜਾਂਦੇ। ਲੁਧਿਆਣੇ ਪਹੁੰਚ ਕੇ ਕੋਲਿਆਂ ਦੀ ਕਾਲਖ ਦੇ ਨਾਲ ਲੱਥ ਪੱਥ ਲੋਕ ਪਲੇਟਫਾਰਮ ਉੱਤੇ ਉਤਰਨ ਲੱਗੇ। ਅਚਾਨਕ ਤਲਵਾਰਾਂ ਵਰਸ਼ੇ ਵਾਲੇ ਲੋਕਾਂ ਨੂੰ ਦੇਖ ਕੇ ਸਹਿਮ ਜਿਹਾ ਪੈਦਾ ਹੋ ਗਿਆ। ਖਬਰ ਫੈਲ ਗਈ ਕਿ ਮੁਸਲਮਾਨਾਂ ਦੀ ਗੱਡੀ ਨੂੰ ਹਿਫਾਜ਼ਤ ਨਾਲ ਪਹੁੰਚਾਉਣ ਲਈ ਬਲੋਚ ਮਿਲਟਰੀ ਪਹੁੰਚ ਗਈ ਹੈ। ਬਾਹਰ ਕਰਫਿਊ ਖੁੱਲ੍ਹ ਗਿਆ ਅਤੇ ਲੋਕ ਸਮਾਨ ਚੱਕੀ ਸ਼ਹਿਰ ਦੀਆਂ ਸੜਕਾਂ ਦੇ ਵੱਲ ਦੌੜ ਪਏ ਅਤੇ ਉਸ ਦਿਨ ਇੱਕ ਮੁਸਲਮਾਨ ਮੁਹੱਲਾ ਖਾਲੀ ਹੋਇਆ ਸੀ। ਕੁੜੀ ਅਤੇ ਉਸਦੇ ਚਾਚੇ ਦੇ ਮੁੰਡੇ ਨੇ ਚੱਟੂ ਦੋਹਾਂ ਪਾਸਿਆਂ ਤੋਂ ਫੜਿਆ ਹੋਇਆ ਸੀ ਅਤੇ ਅੰਤੋਂ ਸਾਰਾ ਪਰਿਵਾਰ ਇੱਕ ਮਕਾਨ ਦੇ ਵਿੱਚ ਪਹੁੰਚ ਗਿਆ, ਜਿਸ ਦੀਆਂ ਕੜੀਆਂ ਅਤੇ ਬਾਲਿਆਂ ਵਾਲੀਆਂ ਛੱਤਾਂ ਦੇਖ ਕੇ ਦਾਦੀ ਦਾ ਹੌਕਾ ਨਿਕਲ ਗਿਆ। ਤਾਈ ਦੌੜ ਕੇ ਬਾਹਰੋਂ ਬਾਜ਼ਾਰੋਂ ਬੌਕਰ ਆਊਗਾ ਇੱਥੇ ਬੌਕਰ ਲੈ ਆਈ। ਤਾਈ, ਚਾਚੀ ਅਤੇ ਕੁੜੀ ਨੇ ਰਲ ਕੇ ਸਫਾਈ ਕੀਤੀ, ਬੌਕਰ ਭਾਵ ਕਿ ਝਾੜੂ, ਅਤੇ ਦਾਦੀ ਜੀ ਦੁਆਰਾ ਲਿਆਂਦੀ ਮੂੰਗੀ ਅਤੇ ਚੌਲਾਂ ਦੀ ਬਣਾਈ ਖਿਚੜੀ ਸਭ ਨੇ ਖਾਧੀ। ਸਰ੍ਹੋਂ ਦੇ ਤੇਲ ਦਾ ਇੱਕ ਦੀਵਾ ਬਾਲ ਕੇ ਉਹਨਾਂ ਨੇ ਮੁੱਦੇ ਜਿਹੜਾ ਚੱਟੂ ਰੱਖਿਆ ਸੀ ਉਹਦੇ ਟਿਕਾਤਾ। ਦੂਜੇ ਦਿਨ ਦਾਦੀ ਕੁਛ ਲੂਣ, ਸਾਬਤ ਮਿਰਚਾਂ, ਧਨੀਆ ਖਰੀਦ ਲਈ ਅਤੇ ਨਾਲ ਹੀ ਚੱਟੂ ਦੇ ਮੇਚ ਦਾ ਡੰਡਾ ਵੀ। ਲੂਣ, ਮਿਰਚਾਂ ਅਤੇ ਧਨੀਆ ਇਕੱਠੇ ਹੀ ਉਹਨਾਂ ਨੇ ਉਸ ਚੱਟੂ ਦੇ ਵਿੱਚ ਕੁੱਟ ਲਏ। ਦੁਪਹਿਰੇ ਚਾਚਾ ਕਿੱਧਰੋਂ ਸੁਣ ਕੇ ਆਇਆ ਕਿ ਪਾਕਿਸਤਾਨ ਤੋਂ ਆ ਰਹੇ ਸਿੱਖ ਅਤੇ ਹਿੰਦੂਆਂ ਦੇ ਕਾਫਲੇ ਨੂੰ ਬਲੋਚ ਮਿਲਟਰੀ ਨੇ ਭਾਰਤ ਵੜਨ ਤੋਂ ਪਹਿਲਾਂ ਹੀ ਮਾਰ ਮੁਕਾਇਆ। ਇਸ ਗੱਲ ਦਾ ਕੁੜੀ ਦੀ ਮਾਂ, ਦਾਦੀ, ਦਾਦੇ ਉੱਤੇ ਬਹੁਤ ਬੁਰਾ ਅਸਰ ਹੋਇਆ। ਦੋ ਕੁ ਦਿਨ ਦੇ ਵਿੱਚ ਹੀ ਖਬਰ ਆਈ ਕਿ ਕੁੜੀ ਦਾ ਫੁੱਫੜ, ਜੋ ਸਾਰੇ ਪਿੰਡ ਦਾ ਇਕੱਲਾ ਮਾਲਕ ਸੀ, ਪਿੰਡ ਵਿੱਚ ਹੀ ਰਹਿ ਗਿਆ, ਪਰ ਉਹਦੀ ਭੂਆ ਟੱਬਰ ਨੂੰ ਨਾਲ ਲੈ ਕੇ ਇੱਕ ਤੁੱਲੇ ਵਾਲੇ ਨੂੰ ਸੋਨੇ ਦੇ ਗਹਿਣੇ ਦੇ ਕੇ ਰਾਵੀ ਦਰਿਆ ਪਾਰ ਕਰਨ ਮਗਰੋਂ ਆਪਣੇ ਪੁੱਤਰ ਦੇ ਸਹੁਰਿਆਂ ਪਿੰਡ ਪਹੁੰਚ ਗਈ। ਚੌਥੇ ਦਿਨ ਰੇਡੀਓ 'ਤੇ ਖਬਰ ਆਈ ਕਿ ਕਾਫਲੇ ਦੇ ਪਹਿਲੇ ਕੁਛ ਗੱਡਿਆਂ ਦਾ ਨੁਕਸਾਨ ਹੋਇਆ ਸੀ। ਗੋਰਖਾ ਮਿਲਟਰੀ ਨੇ ਪਹੁੰਚ ਕੇ ਕਾਫਲੇ ਦਾ ਚਾਰਜ ਸੰਭਾਲ ਲਿਆ ਸੀ। ਦਾਦੀ, ਮਾਂ ਅਤੇ ਤਾਈ ਨੇ ਟੁੱਟੇ ਮੰਜਿਆਂ ਦੀਆਂ ਬਾਹਾਂ ਅਤੇ ਪਾਵਿਆਂ ਨੂੰ ਇੱਕ ਗੁੱਠੇ ਇਕੱਠੇ ਕਰਕੇ ਗਵਾਂਢੀ ਬਾਣੀਆਂ ਦੀ ਗਾਂ ਦਾ ਗੋਹਾ ਲਿਆ ਕੇ ਕੱਚੇ ਫਰਸ਼ਾਂ ਉੱਤੇ ਪੋਚਾ ਫੇਰਤਾ, ਇੱਕ ਚੁੱਲ੍ਹਾ ਵੀ ਬਣਾ ਲਿਆ। ਚਾਚੇ ਨੇ ਨਲਕਾ ਠੀਕ ਕਰਾਤਾ। ਹੁਣ ਕੁੜੀ ਦਾ ਪਿਓ ਅਤੇ ਭਰਾ ਵੀ ਪਹੁੰਚ ਗਏ। ਚਾਚਾ ਭੂਆ ਨੂੰ ਉਸਦੇ ਕੁੜਮਾਂ ਦਿਓ ਲਿਆ ਆਇਆ, ਪਰ ਉਹਦਾ ਵੱਡਾ ਮੁੰਡਾ ਉੱਥੇ ਹੀ ਰਹਿ ਗਿਆ। ਛੋਟੇ ਮੁੰਡੇ ਭੂਆ ਦੇ ਨਾਲ ਆ ਗਏ। ਕੁਛ ਦਿਨ ਘਰ ਵਿੱਚ ਹੀ ਹਰ ਰੋਜ਼ ਫੁੱਫੜ ਦੀਆਂ ਗੱਲਾਂ ਹੁੰਦੀਆਂ ਰਹੀਆਂ ਅਤੇ ਇਸ ਤਰ੍ਹਾਂ ਜ਼ਿੰਦਗੀ ਇੱਕ ਤਰ੍ਹਾਂ ਰਿੜ ਪਈ। ਬੱਚਿਆਂ ਨੂੰ ਸਕੂਲੇ ਪੜ੍ਹਨੇ ਪਾਤਾ, ਰਾਤ ਨੂੰ ਮੁੱਦੇ ਰੱਖੇ ਚੱਟੂ ਉੱਤੇ ਮਿੱਟੀ ਦੇ ਤੇਲ ਦਾ ਦੀਵਾ ਟਿਕਾ ਕੇ ਆਲੇ ਦੁਆਲੇ ਨਨਕਾਣਾ ਸਾਹਿਬ ਤੋਂ ਚੁੱਲ੍ਹੇ ਵਿੱਚੋਂ ਪੈਣੋਂ ਬਚਾ ਕੇ ਲਿਆਂਦੀ ਪੁਸਤਕ ਦੇ ਵਿੱਚੋਂ ਦਿਆਂ ਪਰੀਆਂ ਦੀਆਂ ਕਹਾਣੀਆਂ ਵਾਲੀਆਂ ਕਿਤਾਬ ਪੜ੍ਹਦੇ। ਚੱਟੂ ਹੁਣ ਸਭ ਦਾ ਸਾਂਝਾ ਹੋ ਗਿਆ, ਮਤਲਬ ਕਿ ਉਹਦੇ ਵਿੱਚ ਕਦੇ ਉਹਦੇ ਦੀਵਾ ਰੱਖ ਦਿੰਦੇ ਸੀ, ਕਦੇ ਉਹਦੇ ਵਿੱਚ ਜਿਹੜੇ ਕਿ ਮਸਾਲਾ ਕੁੱਟ ਲਾਉਂਦੇ ਸੀ। ਇੱਕ ਦਿਨ ਚਾਚੀ ਲੂਣਦਾਨੀ ਅਤੇ ਦੂਜੇ ਦਿਨ ਤਾਈ ਚੱਕਲਾ ਖਰੀਦ ਲਈ, ਮੰਜੇ ਬੁਣ ਲਏ, ਦੀਵਾਲੀ ਨੂੰ ਇੱਕ ਦੀਵਾ ਜਗਾ ਕੇ ਡਿਊਟੀ ਵਿੱਚ ਰੱਖ ਕੇ ਸ਼ਗਨ ਕਰ ਲਿਆ। ਦਾਦਾ ਜੀ ਬਾਜ਼ਾਰੋਂ ਮਠਿਆਈ ਫਲ ਲੈ ਕੇ ਆਏ, ਜਿਸ ਨੂੰ ਖਾ ਕੇ ਬੱਚੇ ਖੁਸ਼ ਹੋ ਗਏ। ਦਾਦੀ ਹਾਲੇ ਵੀ ਪਿੱਛੇ ਛੱਡੇ ਭਰੇ ਭੁਕੰਨੇ ਅਤੇ ਗਾਡਰਾਂ ਵਾਲੇ ਮਕਾਨ ਨੂੰ ਯਾਦ ਕਰਕੇ ਹੌਂਕੇ ਭਰਦੀ ਰਹੀ। ਤਾਈ ਆਪਣੇ ਨਵੇਂ ਘਰ ਦੀ ਗੱਲ ਕਰਦੀ ਰਹਿੰਦੀ ਸੀ ਅਤੇ ਮਾਂ ਭਰਾ ਨੂੰ ਰੋਂਦੀ ਰਹਿੰਦੀ ਸੀ। ਫਿਰ ਵੀ ਨਿੱਕੀਆਂ ਨਿੱਕੀਆਂ ਖੁਸ਼ੀਆਂ ਦੀਆਂ ਖਬਰਾਂ ਆਉਣ ਲੱਗ ਪਈਆਂ। ਚਾਚੇ ਨੂੰ ਆੜਤ ਦੀ ਦੁਕਾਨ 'ਤੇ ਸ਼ਹਿਰ ਦੇ ਗੰਦੇ ਨਾਲੇ ਵਾਲੀ ਜ਼ਮੀਨ ਠੇਕੇ 'ਤੇ ਮਿਲ ਗਈ। ਭੂਆ, ਜਿਸ ਨੇ ਕਦੇ ਕੱਖ ਭੰਨ ਕੇ ਵੀ ਦੂਰਾ ਨਹੀਂ ਸੀ ਕੀਤਾ, ਹੁਣ ਉਹ ਘਰ ਦੇ ਵਿੱਚ ਪੋਚੇ ਫੇਰਨ ਲੱਗ ਗਈ ਅਤੇ ਫੁੱਕਾ ਮਾਰ ਮਾਰ ਕੇ ਚੁੱਲ੍ਹੇ ਵਿੱਚ ਅੱਗ ਬਾਲਣ ਦਾ ਕੰਮ ਕਰਦੀ। ਸਫਾਈ ਦੀ ਸ਼ੌਂਕਣ ਦਾਦੀ ਦਿਨ ਚੜ੍ਹਦੇ ਹੀ ਸਾਰਾ ਮਕਾਨ ਹੂੰਝ ਲੈਂਦੀ, ਭਾਵ ਕਿ ਸਫਾਈ ਕਰ ਲੈਂਦੀ, ਥੱਕ ਕੇ ਕੱਚੀ ਕੰਧ ਨਾਲ ਢਾਸਣਾ ਲਾ ਕੇ ਰੋਣ ਲੱਗ ਪੈਂਦੀ।
ਠੇਕੇ ਉੱਤੇ ਲਈ, ਜ਼ਮੀਨ ਉੱਤੇ ਵੀ ਕੰਮ ਚਲਾਉਣ ਲਈ ਬੀਜਾਂ ਅਤੇ ਬਲਦ ਖਰੀਦਣ ਅਤੇ ਮਜ਼ਦੂਰੀ ਲਈ ਪੈਸਿਆਂ ਦੀ ਲੋੜ ਸੀ ਜੋ ਕੋਲ ਨਹੀਂ ਸੀ। ਦਾਦੀ ਜੀ ਦੇ ਆਖਣ 'ਤੇ ਦੇਰ ਸੀ ਕਿ ਤਾਈ ਨੇ ਸੋਨੇ ਦੀ ਵੰਸ਼, ਚਾਚੀ ਨੇ ਛਾਂਪ, ਮਾਂ ਨੇ ਬਾਲੀਆਂ ਅਤੇ ਦਾਦੀ ਨੇ ਆਪਣੇ ਸੋਨੇ ਦੇ ਸਟੱਡ ਲਾ ਕੇ ਬਾਬਾ ਜੀ ਦੀ ਝੋਲੀ 'ਚ ਪਾ ਦੇ। ਇਹਦੇ ਪਿੱਛੋਂ ਘਰ ਵਿੱਚ ਇੱਕ ਲਾਲਟੈਨ ਅਤੇ ਡਾਲਡੇ ਘਿਓ ਦੀ ਇੱਕ ਪੀਪੀ ਆ ਗਈ। ਪਰੌਂਠੇ ਪੱਕਣ ਲੱਗ ਗਏ, ਸਵੇਰੇ ਸਵੇਰੇ ਸਾਰੇ ਕੰਮ 'ਤੇ ਜਾਣ ਲੱਗੇ। ਦਾਦਾ ਜੀ ਸਾਫ਼ ਸੁਥਰੇ ਕੱਪੜੇ ਪਾ ਕੇ ਆੜਤ ਦੀ ਦੁਕਾਨ 'ਤੇ ਬੈਠਦੇ ਅਤੇ ਖਬਰ ਆਉਂਦੇ ਅਮਰੂਦ, ਨਾਸ਼ਪਾਤੀਆਂ, ਉਰਦੂ ਦਾ ਅਖਬਾਰ ਖਰੀਦ ਲਿਆਉਂਦੇ। ਉੱਚੀ ਉੱਚੀ ਖਬਰਾਂ ਪੜ੍ਹਦੇ ਅਤੇ ਕਦੇ ਕਦੇ ਜਿਨਾਹ ਅਤੇ ਨਹਿਰੂ ਦਾ ਨਾਂ ਆ ਜਾਂਦਾ। ਦਾਦੀ ਦੋਹਾਂ ਨੂੰ ਗਾਲਾਂ ਕੱਢਣ ਲੱਗ ਪੈਂਦੀ। ਇੱਕ ਦਿਨ ਦਾਦਾ ਜੀ ਇੱਕ ਨਿੱਕਾ ਜਿਹਾ ਸਟੂਲ ਖਰੀਦ ਲਿਆ, ਜਿਸ ਉੱਤੇ ਦਿਨੇ ਸਾਰੇ ਜਣੇ ਵਾਰੋ ਵਾਰੀ ਰੱਖ ਕੇ ਰੋਟੀ ਖਾਂਦੇ। ਰਾਤ ਨੂੰ ਬੱਚੇ ਉਸ ਉੱਤੇ ਲਾਲਟੈਨ ਰੱਖ ਕੇ ਪੜ੍ਹਦੇ ਅਤੇ ਭੂਆ ਫੁੱਫੜ ਸਾਰੇ ਸੋਚਾਂ ਦੇ ਵਿੱਚ ਡੁੱਬੇ ਰਹਿੰਦੇ। ਫਿਰ ਪਤਾ ਲੱਗਾ ਕਿ ਇਲਾਕੇ ਦੇ ਥਾਣੇਦਾਰ ਨੇ ਉਹਨੂੰ ਪਿੰਡ ਛੱਡਣ ਲਈ ਕਿਹਾ, ਪਰ ਉਹਦੇ ਜਹਾਂ ਨਾ ਕਰਨ 'ਤੇ ਉਸਦੇ ਥਾਣੇਦਾਰ ਨੇ ਉਹਨੂੰ ਗੋਲੀ ਮਾਰਤੀ। ਉਹਦਾ ਵੱਡਾ ਪੁੱਤਰ ਸਹੁਰਿਆਂ ਦਾ ਹੋ ਕੇ ਰਹਿ ਗਿਆ। ਭੂਆ ਨੂੰ ਪੈਸਿਆਂ ਦੀ ਤੰਗੀ ਆ ਗਈ, ਇਸ ਕਰਕੇ ਨਿੱਕੇ ਨਿੱਕੇ ਸਰਫੇ ਕਰਦੀ ਰਹਿੰਦੀ ਅਤੇ ਉਸਦਾ ਪੁੱਤਰ ਭਿੰਦਰ ਵੀ ਪਰੇਸ਼ਾਨ ਰਹਿੰਦਾ। ਇੱਕ ਦਿਨ ਤਾਈ ਬਾਜ਼ਾਰੋਂ ਪੱਥਰ ਦੀ ਕੁੰਡੀ ਖਰੀਦ ਲਈ ਅਤੇ ਹੁਣ ਉਹ ਪੁਰਾਣਾ ਲੱਕੜ ਦਾ ਚੱਟੂ ਬਾਲਣ ਵਾਲੀ ਗੁੱਠੇ ਦੇ ਵਿੱਚ ਸੁੱਟਤਾ ਅਤੇ ਭਿੰਦਰ ਨੇ ਕਾਪੀਆਂ ਕਿਤਾਬਾਂ ਖਰਚੇ ਦੇ ਵਿੱਚੋਂ ਪੈਸੇ ਬਚਾ ਕੇ ਦੋ ਕੁੱਕੜੀਆਂ ਖਰੀਦ ਲਿਆਂਦੀਆਂ ਅਤੇ ਉਹਨਾਂ ਲਈ ਵੀ ਖੁੱਡਾ ਬਣਾ ਲਿਆ ਅਤੇ ਆਂਡੇ ਵੇਚ ਕੇ ਹਰ ਰੋਜ਼ ਆਪਣੇ ਰੋਜ਼ ਇੱਕ ਆਨਾ ਮਾਂ ਦੀ ਤਲੀ 'ਤੇ ਰੱਖ ਦਿੰਦਾ। ਵੱਡੇ ਭਰਾ ਨੂੰ ਰਿਫਿਊਜ਼ੀ ਹੁਣ ਬਹੁਤ ਖਰਵਾ ਜਿਹਾ ਜਿਹੜਾ ਕਿ ਜਿਹਾ ਕੋਟ ਮਿਲਿਆ, ਜਿਸ ਨੂੰ ਸਾਰੇ ਜਣੇ ਵਾਰੀ ਵਾਰੀ ਪਾ ਕੇ ਖੁਸ਼ ਹੁੰਦੇ। ਸਵੇਰੇ ਭਰਾ ਪਾ ਕੇ ਕਾਲਜ ਚਲਾ ਜਾਂਦਾ ਅਤੇ ਰਾਤੀ ਖੇਤਾਂ ਦੇ ਵਿੱਚ ਫੇਰਾ ਮਾਰਨ ਗਏ ਬਾਪੂ ਜੀ ਪਾ ਲੈਂਦੇ। ਬਾਪੂ ਜੀ ਕਿੱਧਰੋਂ ਇੱਕ ਤੋਕੜ ਜਿਹੀ ਮੱਝ ਖਰੀਦ ਲਿਆਏ, ਥੋੜ੍ਹਾ ਥੋੜ੍ਹਾ ਦੁੱਧ ਸਾਰੇ ਵੰਡ ਕੇ ਪੀ ਲੈਂਦੇ ਅਤੇ ਥੋੜ੍ਹਾ ਜਿੰਨਾ ਵੀ ਵੇਚ ਲੈਂਦੇ। ਹੱਥ ਹੁਣ ਰਤਾ ਸੌਖਾ ਹੋ ਗਿਆ ਅਤੇ ਕੁੜੀ ਨੇ ਮਾਂ ਨੂੰ ਅਨਾਬੀ ਖੱਦਰ ਦੀ ਚਾਦਰ ਲੈ ਦਿੱਤੀ। ਇਸੇ ਦੌਰਾਨ ਭੂਆ ਦੇ ਮੁੰਡੇ ਭਿੰਦਰ ਨੂੰ ਵੀ ਬੁਖਾਰ ਚੜ੍ਹਿਆ ਅਤੇ ਜਿਹਨੇ ਉਹਦੀ ਜਾਨ ਲੈ ਲਈ। ਅਤੇ ਭਰਾ ਦਾ ਕਾਲਜ ਸ਼ਹਿਰ ਦੇ ਦੂਜੇ ਸਿਰ ਉੱਤੇ ਸੀ ਅਤੇ ਹਰ ਰੋਜ਼ ਬਾਪੂ ਜੀ ਨੂੰ ਸਾਈਕਲ ਲੈ ਕੇ ਦੇਣ ਲਈ ਕਹਿੰਦਾ ਅਤੇ ਪਰੰਤੂ ਉਹਦੀ ਗੱਲ ਵੱਲ ਕੰਨ ਨਾ ਧਰਦੇ। ਦਾਦੀ ਹੁਣ ਪਾਕਿਸਤਾਨ ਦੇ ਵਿੱਚ ਰਹਿ ਗਏ ਮਕਾਨ ਨੂੰ ਯਾਦ ਕਰਕੇ ਦੁਖੀ ਨਹੀਂ ਸੀ ਹੁੰਦੇ। ਹੌਲੀ ਹੌਲੀ ਉਹ ਧੀ ਦੇ ਦੁੱਖ ਨੂੰ ਵੀ ਘੱਟ ਮਹਿਸੂਸ ਕਰਨ ਲੱਗ ਪੈਂਦੇ। ਨਿਆਣੇ ਵੀ ਹੁਣ ਭਿੰਦਰ ਨੂੰ ਜਿਹੜੀ ਕਿ ਘੱਟ ਯਾਦ ਕਰਦੇ, ਭਾਵ ਕਿ ਨਿਆਣੇ। ਇਸ ਤਰ੍ਹਾਂ 2 ਸਾਲ ਲੰਘ ਗਏ। ਆੜਤੀ ਦੁਕਾਨ ਹੁਣ ਪੱਕੀ ਹੋ ਗਈ, ਨੇੜੇ ਹੀ ਪਿੰਡ ਦੇ ਵਿੱਚ ਭੂਮੀ ਵੀ ਅਲਾਟ ਹੋ ਗਈ। ਮੁੰਡੇ ਕੁੜੇ ਸਭ ਚੰਗੇ ਸਕੂਲਾਂ ਕਾਲਜਾਂ ਦੇ ਵਿੱਚ ਸਕੂਲਾਂ 'ਚ ਦਾਖਲ ਕਰਵਾ ਕੇ ਭਰਾ ਨੂੰ ਸਾਈਕਲ ਲੈ ਕੇ ਦਿੱਤਾ। ਭੂਆ ਨੂੰ ਫੁੱਫੜ ਨਾਲ ਸਾਂਝੇ ਅਕਾਊਂਟ ਵਾਲੀ ਰਕਮ ਮਿਲ ਗਈ ਅਤੇ ਤਾਏ ਦੇ ਮੁੰਡੇ ਨੂੰ ਵੀ ਨੌਕਰੀ ਮਿਲ ਗਈ ਅਤੇ ਰਿਸ਼ਤੇਦਾਰ ਵੀ ਲੱਭ ਲਵਾ ਕੇ ਸਾਰੇ ਮਿਲ ਗਏ। ਕਲੇਮ ਦੇ ਕੁਝ ਪੈਸੇ ਵੀ ਮਿਲ ਗਏ। ਗੰਦੇ ਨਾਲੇ ਵਾਲੀ ਭੋਂ ਤੋਂ ਸਬਜ਼ੀਆਂ ਦੀ ਵੀ ਵਾਹਵਾ ਵਟਕ ਹੋਣ ਲੱਗੀ। ਤਾਏ ਦੇ ਮੁੰਡੇ ਨੇ ਮੰਗਣੀ ਚੰਗੇ ਘਰ ਹੋ ਗਈ, ਘਰ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਇੱਕ ਮਜ਼ਦੂਰ ਬਾਲਣ ਵਾਲੀ ਗੁੱਠੋਂ ਲੱਕੜੀਆਂ ਚੁਕਾ ਰਿਹਾ ਸੀ ਅਤੇ ਤਾਏ ਦਾ ਮੁੰਡਾ ਕੁਹਾੜੇ ਨਾਲ ਲੱਕੜਾਂ ਪਾੜ ਰਿਹਾ ਸੀ ਤਾਂ ਬਾਲਣ ਹੇਠੋਂ ਪੁਰਾਣਾ ਚੱਟੂ ਨਿਕਲ ਆਇਆ, ਜਿਹਨੂੰ ਦੇਖ ਕੇ ਤਾਈ ਨੇ ਕੁੜੀ ਨੂੰ ਕਿਹਾ ਕਿ ਚੱਟੂ ਸਿਰ 'ਤੇ ਚੁੱਕ ਕੇ ਦੌੜਦੀ ਗੱਡੀ ਦੀ ਲਾਈਨ ਵਿੱਚ ਡਿੱਗ ਪਈ ਸੀ ਅਤੇ ਚਾਚੇ ਨੇ ਕਿਹਾ ਕਿ ਉਸਨੂੰ ਚੱਟੂ ਸਮੇਤ ਹੀ ਗੱਡੀ ਦੇ ਵਿੱਚ ਸੁੱਟ ਦਿੱਤਾ ਸੀ। ਵੀ ਮਤਲਬ ਕਿ ਚੱਟੂ ਦੀਆਂ ਗੱਲਾਂ ਯਾਦ ਕਰ ਰਹੇ ਸੀ ਉਹ, ਵੀ ਕਿਵੇਂ ਉਹਨੂੰ ਗੱਡੀ ਦੇ ਵਿੱਚ ਜਦੋਂ ਚੱਕ ਰਿਸ਼ਤਾ ਡਿੱਗੀ ਸੀ ਫਿਰ ਉਹਨੂੰ ਕੁੜੀ ਨੂੰ ਵੀ ਚੱਟੂ ਦੇ ਸਮੇਤ ਜਿਹੜੇ ਕਿ ਗੱਡੀ 'ਚ ਸਿੱਟਤਾ ਸੀ ਅਤੇ ਤਾਈ ਨੇ ਕਿਹਾ ਕਿ ਇਸ ਕੁੜੀ ਨੇ ਚੱਟੂ ਨਹੀਂ ਸੀ ਛੱਡਿਆ, ਭਾਵੇਂ ਉਸ ਉੱਤੋਂ ਗੱਡੀ ਲੰਘ ਜਾਂਦੀ। ਇਹ ਸੁਣ ਕੇ ਤਾਏ ਦੇ ਮੁੰਡੇ ਨੇ ਕਿਹਾ, ਹਾਏ ਤੂੰ ਉਹੀ ਚੱਟੂ ਹੈ ਤੇਰੀ ਹੋਏ, ਤੈਨੂੰ ਚੁੱਕੀ ਭਾਵੇਂ ਸਾਡੀ ਕੁੜੀ ਗੱਡੀ ਹੇਠਾਂ ਆ ਕੇ ਮਰ ਜਾਂਦੀ। ਇਹ ਕਹਿ ਕੇ ਉਸਨੇ ਕਹਾੜੇ ਦੀ ਇੱਕੋ ਵਾਰ ਨਾਲ ਚੱਟੂ ਦੇ ਦੋ ਫਾੜ ਕਰਤੇ, ਇਹਨੂੰ ਮਤਲਬ ਕਿ ਵਿਚਕਾਰੋਂ ਫਾੜਤਾ।
ਅਤੇ ਦੇਖ ਕੇ ਸਾਰਾ ਟੱਬਰ ਇੱਕ ਵਾਰੀ ਹੀ ਖਿੜ ਖਿੜ ਕੇ ਹੱਸ ਪਿਆ। ਤਾਏ ਦੇ ਮੁੰਡੇ ਨੇ ਚੱਟੂ ਨੂੰ ਸਬਕ ਸਿਖਾਉਣ ਲਈ ਉਹਦੇ ਧੈਂ ਧੈਂ ਕੁਹਾੜੇ ਦੀਆਂ ਸੱਟਾਂ ਮਾਰਨੀਆਂ ਸ਼ੁਰੂ ਕਰਤੀਆਂ ਅਤੇ ਉਸਦੇ ਟੁਕੜੇ ਵਿਹੜੇ ਵੀ ਚੁੱਡਣ ਲੱਗੇ। ਨਾਲ ਹੀ ਠਾਂ ਠਾਂ ਕਰਦਾ ਹਾਸਾ ਵੀ ਮੱਚ ਗਿਆ। ਕੁੜੀ ਵੀ ਨਾਲ ਹੀ ਹਾਸੇ ਦੇ ਵਿੱਚ ਸ਼ਾਮਿਲ ਹੋ ਗਈ। ਹੱਸ ਹੱਸ ਕੇ ਸਭ ਦੀਆਂ ਬੱਖੀਆਂ ਦੁਖਣ ਲੱਗੀਆਂ ਅਤੇ ਅੱਖਾਂ ਵਿੱਚੋਂ ਅੱਥਰੂ ਆਉਣ ਲੱਗੇ, ਪਰ ਫਿਰ ਵੀ ਸਾਰੇ ਹੱਸੀ ਜਾ ਰਹੇ ਸੀ। ਹਾਂਜੀ, ਚੱਟੂ ਕਹਾਣੀ ਕਿਸਦੀ ਆ? ਸੁਖਵੰਤ ਕੌਰ ਮਾਨ ਦੀ। ਕੁੜੀ, ਮਾਂ, ਬਾਪੂ, ਭਰਾ, ਚਾਚਾ, ਤਾਏ, ਕਿਹੜੇ ਕਹਾਣੀ ਦੇ ਪਾਤਰ ਨੇ? ਚੱਟੂ ਦੇ। ਹਾਂਜੀ, ਚੱਟੂ ਕਿਉਂ ਸਿਰ 'ਤੇ ਚੱਕਿਆ ਸੀ? ਮਸਾਲਾ ਕੁੱਟਣ ਦੇ ਕੰਮ ਆਉਣ ਲਈ। ਬਾਕੀ ਸਾਰੇ ਕੁਸ਼ਚਨ ਸਟੋਰੀ 'ਚੋਂ ਹੀ ਨੇ, ਆਪਣੇ ਪੜ੍ਹੇ ਲਏ, ਹੁਣ ਤੁਸੀਂ ਰੀਡ ਕਰ ਲੈਣਾ ਇੱਕ ਵਾਰ।